ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਮੇਰੇ ਤਮਾਮ ਭੈਣਾਂ ਭਾਈਆਂ ਦਾ ਕੀ ਹਾਲ ਚਾਲ ਹੈ ਉਮੀਦ ਕਰਨੀ ਹੈ ਤੁਸੀਂ ਵੀ ਠੀਕ ਠਾਕ ਹੋ ਸਰ ਅਲਹਮਦੁਲਿਲਾ ਅਸੀਂ ਠੀਕ ਠਾਕ ਹਾਂ ਸਾਡੀ ਗਾਉਂ ਹਮੇਸ਼ਾ ਦਾ ਨਾਲ ਜਿੱਥੇ ਵੀ ਰਹੋ ਖੁਸ਼ ਅਤੇ ਆਬਾਦ ਰਹੋ ਹੱਸਦੇ ਮੁਸਕਰਾਉਂਦੇ ਰਹੋ ਜੋ ਕਿ ਭੈਣ ਮੇਰਾ ਬਿਮਾਰ ਹੈ ਅੱਲਾ ਪਾਕ ਨੂੰ ਸਿਹਤ ਤੰਦਰੁਸਤੀ ਸਾਡੇ ਕਾਰੋਬਾਰ ਚ ਬਰਕਤ ਰਹਿਮਤ ਫਰਮਾਵੇ ਔਰ ਜੋ ਕੋਈ ਵੀ ਔਲਾਦ ਹੈ ਅੱਲਾ ਪਾਕ ਨੂੰ ਔਲਾਦ ਫਰਮਾਵੇ ਜੋ ਕਿ ਭੈਣ ਮੇਰਾ ਪਰੇਸ਼ਾਨ ਹੈ ਅੱਲਾ ਪਾਕ ਨੂੰ ਪਰੇਸ਼ਾਨੀ ਦੂਰ ਫਰਮਾਵੇ ਔਰ ਅੱਜ ਦਾ ਵਲਾਗ ਕਰਨੇ ਸ਼ੁਰੂ ਅੱਲਾ ਪਾਕ ਦਾ ਨਾਮ ਲੈ ਕੇ ਸੁਬਹ ਸੁਬਹ ਦਾ ਟਾਈਮ ਅਗਰ ਨਮਾਜ਼ ਪੜ੍ਹੀ ਨਮਾਜ਼ ਪੜ੍ਹ ਕੇ ਨਾ ਬੱਚਿਆਂ ਸਪਾਰਕ ਪੜ੍ਹਨ ਦੇਖਦਾ ਔਰ ਅੱਲਾ ਪਾਕ ਹਰ ਦੇ ਬੱਚੇ ਨੇਕ ਬਣਨ ਵਾਲੇ ਅਤੇ ਸਾਡੇ ਬੱਚੇ ਨੇਕ ਬਣਾਵੇ ਔਰ ਮੇਰੇ ਸਭ ਭੈਣਾਂ ਭਾਈ ਜੋ ਸਾਨੂੰ ਵੇਖਣ ਵਾਲੇ ਸਾਡੇ ਚੈਨਲ 'ਤੇ ਹੈਗੇ ਨੇ ਨਾ ਅੱਲਾ ਪਾਕ ਤੁਹਾਡੀ ਜ਼ਿੰਦਗੀ ਕਰੇ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ ਅਤੇ ਸਾਨੂੰ ਜੋ ਕਮੈਂਟ ਕਰਦੇ ਨੇ ਨਾ ਦੇਸ਼ ਪ੍ਰਦੇਸ਼ ਵਿੱਚ ਪਾਕਿਸਤਾਨ ਵਿੱਚ ਅੱਲਾ ਪਾਕ ਸਭ ਨੂੰ ਸਿਹਤ ਤੰਦਰੁਸਤੀ ਤੁਹਾਡੇ ਕਾਰੋਬਾਰ ਬਰਕਤ ਰਹਿਮਤਾਂ ਫਰਮਾਵੇ ਆਮੀਨ ਸੁਮਾਮੀ ਔਰ ਜੋ ਬਾਜੀਆਂ ਨੇ ਸਾਨੂੰ ਨਾ ਖੰਭਾ ਹੀ ਬਣਵਾ ਕੇ ਦਿੱਤਾ ਜਿਹੜੇ ਨਿਵਾਸ਼ਰਮ ਬਣਵਾ ਕੇ ਦਿੱਤਾ ਅੱਲਾ ਪਾਕ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀਆਂ ਦੇਵੇ ਅਤੇ ਉਹਨਾਂ ਦੀ ਰਿਜ਼ਕ ਵਿੱਚ ਬਰਕਤ ਪਾਵੇ ਔਰ ਉਹਨਾਂ ਦੇ ਬੱਚੇ ਵੀ ਅੱਲਾ ਪਾਕ ਨੇਕ ਬਣਨ ਉਹਨਾਂ ਨੂੰ ਅੱਲਾ ਪਾਕ ਨੇਕੀ ਕਰਨ ਦੀ ਤੋਫੀਕ ਦੇਵੇ ਔਰ ਬਹੁਤ ਬਹੁਤ ਉਹਨਾਂ ਦਾ ਦੋਨਾਂ ਦਾ ਸ਼ੁਕਰੀਆ ਜਿਨ੍ਹਾਂ ਨੇ ਸਾਡੇ ਵਾਸਤੇ ਇੰਨਾ ਕੀਤਾ ਹੈਗਾ ਸਾਡੇ ਕੋਲ ਤਾਂ ਇੰਨਾ ਨਹੀਂ ਆਉਣਾ ਸੀ ਅਸੀਂ ਤਾਂ ਕਦੇ ਸੋਚਿਆ ਵੀ ਨਹੀਂ ਸੀ ਇਸ ਤਰ੍ਹਾਂ ਸਾਡਾ ਕਮਰਾ ਵੀ ਬਣ ਜਾਏਗਾ ਫਰਸ਼ ਵੀ ਲੱਗ ਜਾਏਗਾ ਬਹੁਤ ਬਹੁਤ ਉਹਨਾਂ ਦਾ ਸ਼ੁਕਰੀਆ ਅਤੇ ਵਾਸ਼ਰੂਮ ਦਾ ਵੀ ਨਹੀਂ ਸਾਨੂੰ ਖਾਬ ਖਿਆਲ ਸੀ ਵੀ ਸਾਡਾ ਵਾਸ਼ਰੂਮ ਬਣੇਗਾ ਔਰ ਸਾਡੇ ਨਾਲ ਇਸ ਤਰ੍ਹਾਂ ਮਸਲਾ ਨੇ ਜੁੜਾਈ ਪੱਕਾ ਬਣੇਗਾ ਜੀ ਇਸ ਤਰ੍ਹਾਂ ਹੋਏਗਾ ਜਿਹਦੇ ਨਾਲ ਮੈਂ ਅੱਗ ਜਿਹੜੀ ਹੈਗੀ ਨੂੰ ਬਾਹਰ ਲਈ ਨਾਸ਼ਤਾ ਬਣਾਉਣ ਲੱਗੀ ਔਰ ਜਿਹੜੇ ਸਾਡੇ ਮਸਾਏ ਹੈਗੇ ਨੇ ਨਾ ਇਹਨਾਂ ਨੇ ਨਾ ਆਪਣੀ ਜਵਾਰ ਜਿਹੜੀ ਹੈਗੀ ਨਾ ਸਾਰੀ ਡੇਗ ਲਈ ਔਰ ਜਿਹੜੀ ਐਲੀ ਹੈਗੀ ਨਾ ਅਗਲੀ ਸਾਡੇ ਛੱਪਰ ਵਾਲੀ ਦੀਵਾਰ ਬਸ ਇਹ ਹੀ ਖਲੀ ਹੈਗੀ ਇਹ ਵੀ ਇਹਨਾਂ ਨੇ ਡੇਗ ਲਈ ਨਾ ਤਾਂ ਫਿਰ ਸਾਨੂੰ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਬਣ ਜਾਣੀ ਔਰ ਕਮਰਾ ਬਣਾਉਣ ਵਿੱਚ ਨਾ ਇਤਨੀ ਕੋਈ ਪਰੇਸ਼ਾਨੀ ਹੈਗੀ ਨਾ ਛੱਪਰ ਸਾਨੂੰ ਨਾ ਡਿੱਗਣ ਦੇ ਵਿੱਚ ਕਿਉਂਕਿ ਸਾਡੀਆਂ ਬੱਕਰੀਆਂ ਜਿਹੜੀਆਂ ਹੈਗੀਆਂ ਨੇ ਨਾ ਇਹਨਾਂ ਨੂੰ ਬੰਨਣ ਦੀ ਕੋਈ ਜਗ੍ਹਾ ਨਹੀਂ ਹੈਗੀ ਹਲੇ ਗਰਮੀ ਹੈਗੀ ਔਰ ਇਹ ਧੁੱਪ 'ਤੇ ਵਿਚਾਰੀਆਂ ਨਾ ਉਂਝ ਹੀ ਨਾ ਮਰ ਜਾਣ ਬੰਨੀ ਹੋਈਆਂ ਕਿਉਂਕਿ ਹੋਰ ਸਾਡੇ ਕੋਲ ਕਮਰੇ ਤੋਂ ਇਲਾਵਾ ਨਾ ਕੋਈ ਛੱਪਰ ਨਹੀਂ ਹੈਗਾ ਕੋਈ ਬਰਾਂਡਾ ਨਹੀਂ ਹੈਗਾ ਕੋਈ ਚੀਜ਼ ਨਹੀਂ ਹੈਗੀ ਅੱਲਾ ਪਾਕ ਸਾਨੂੰ ਹਿੰਮਤ ਗੁੰਜਾਇਸ਼ ਦੇਵੇ ਅਤੇ ਅਸੀਂ ਨਾ ਆਪਣੀਆਂ ਬੱਕਰੀਆਂ ਦਾ ਨਾ ਕਿਉਂਕਿ ਛੱਪਰ ਜਿਹੜਾ ਹੈਗਾ ਨਾ ਕੁਛ ਇੱਟਾਂ ਲੈ ਕੇ ਨਾ ਇਸੇ ਤਰ੍ਹਾਂ ਦੀ ਵਾਰ ਬਣਾ ਕੇ ਨਾ ਆਪਣਾ ਬਣਾ ਸਕੀਏ ਅਤੇ ਉਹਨਾਂ ਨੇ ਨਾ ਆਪਣਾ ਸਾਰਾ ਜਿਹੜਾ ਹੈਗਾ ਡੇਗ ਦਿੱਤਾ ਜਿਹਤੇ ਨਾ ਅੱਗ ਜਿਹੜੀ ਹੈਗੀ ਨਾ ਇਹ ਮੈਂ ਬਾਲ ਲਈ ਅਤੇ ਨਾਸ਼ਤਾ ਜਿਹੜਾ ਹੈਗਾ ਨਾ ਬੱਚਿਆਂ ਦਾ ਬਣਾਉਣ ਲੱਗੀ ਹਾਂ ਅਤੇ ਰਾਤ ਨੂੰ ਨਾ ਮਾਸ਼ਾ ਅੱਲਾ ਹੈਗੀ ਸੀ 11ਵੀਂ ਸ਼ਰੀਫ ਅਤੇ ਸਾਨੂੰ ਦੁੱਧ ਮਿਲਿਆ ਸੀ ਗਾਵਾਂ ਦਾ ਹੈਗਾ ਅਤੇ ਨਾ ਇਹ ਮੈਂ ਉਬਾਇਲ ਕਰਕੇ ਨਾ ਅਤੇ ਟੰਗ ਦਿੱਤਾ ਸੀ ਤਾਰ ਦੇ ਨਾਲ ਅਤੇ ਹੁਣ ਨਾ ਇਹਦੀ ਉੱਤੇ ਨਾ ਚਾਹੇ ਬਣਾਉਣ ਵਾਸਤੇ ਰੱਖ ਦਿੰਦੀ ਹਾਂ ਔਰ ਜਿਹੜੀ ਬੱਕਰੀ ਹੈਗੀ ਨਾ ਉਹ ਚੋ ਕੇ ਰੱਖ ਦਿਆਂਗੇ ਉਹਦੀ ਨਾਲ ਦੁਪਹਿਰ ਨੂੰ ਅਸੀਂ ਚਾਹੇ ਬਣਾ ਲਵਾਂਗੇ ਅਤੇ ਇਹਦੀ ਮੈਂ ਹੁਣ ਮਾਸ਼ਾ ਅੱਲਾ ਨਾਲ ਚਾਹੇ ਬਣਾ ਲਵਾਂਗੀ ਅਗਰ ਇੱਥੋਂ ਰੱਖੀ ਨਾ ਤਾਂ ਫਿਰ ਇਹ ਦੋ ਦਿਨ ਜਿਹੜਾ ਹੈਗਾ ਨਾ ਖਰਾਬ ਹੋ ਜਾਣਾ ਕਿਉਂਕਿ ਫਰਿੱਜ 'ਚ ਸਾਡੇ ਕੋਲ ਹੈਗੀ ਨਹੀਂ ਤਾਂ ਵਾਸਤੇ ਨਾ ਮੈਂ ਸਾਰੇ ਦੀ ਚਾਹੇ ਬਣਾ ਲੈਂਦੀ ਹਾਂ ਅੱਲਾ ਪਾਕ ਕਦੇ ਸਾਨੂੰ ਹਿੰਮਤ ਗੁੰਜਾਇਸ਼ ਦੇਸੀ ਅਤੇ ਫਰਿੱਜ ਵੀ ਲੈ ਲਵਾਂਗੇ ਰੱਬ ਸੋਹਣਾ ਆਹਿਸਤਾ ਆਹਿਸਤਾ ਨਾ ਹਿੰਮਤ ਦੇਵੇਗਾ ਤਾਂ ਸਭ ਕੁਛ ਬਣ ਜਾਏਗਾ ਜਿਸ ਤਰ੍ਹਾਂ ਅੱਲਾ ਪਾਕ ਨੂੰ ਪਸੰਦ ਹੈ ਨਾ ਮੈਂ ਬਿਸਤਰੇ ਜਿਹੜੇ ਹੈਗੇ ਨਾ ਇਹ ਲੇਟ ਕੇ ਰੱਖਣ ਲੱਗੀ ਹਾਂ ਕਿਉਂਕਿ ਬੱਚੇ ਜਿਹੜੇ ਹੈਗੇ ਨਾ ਚਲੇ ਗਏ ਨੇ ਸਪਾਰਾ ਪੜਨ ਵਾਸਤੇ ਔਰ ਮੈਂ ਜਿਹੜੇ ਬਿਸਤਰੇ ਹੈਗੇ ਨੇ ਨਾ ਉਹ ਲੇਟ ਨਹੀਂ ਹੈ ਕਿਉਂਕਿ ਨਾ ਦੋ ਦੋ ਹੋ ਕੇ ਸੋਨੇ ਦੋ ਜਣੇ ਇਸ ਮੰਜੀ 'ਤੇ ਔਰ ਦੋ ਉਸ 'ਤੇ ਔਰ ਦੋ ਉਸ 'ਤੇ ਔਰ ਜਿਹੜੀਆਂ ਚਾਰ ਪਾਈ ਹੈਗੀ ਨਾ ਇੱਕ ਉੱਤੇ ਟੁੱਟੀ ਪਈ ਉਹਦਾ ਨਾ ਵਾਹਨ ਨਹੀਂ ਹੈਗਾ ਉਹ ਉਣਾਉਣ ਵਾਲੀ ਹੈਗੀ ਹੈ ਔਰ ਜਿਹੜੀ ਇਹ ਮੰਜੀ ਹੈਗੀ ਹੈ ਨਾ ਇਹ ਵੀ ਹੈ ਮਸਲਾ ਨੇ ਇੱਥੋਂ ਨਾ ਟੁੱਟੀ ਪਈ ਤਾਂ ਵਾਸਤੇ ਥੱਲੇ ਨਾ ਬਿਸਤਰਾ ਪਾਉਂਦੇ ਨੇ ਬੱਚੇ ਕਿ ਥੱਲੇ ਨਾ ਡਿੱਗ ਨਾ ਪੈਣ ਅੱਲਾ ਗੈਸ ਸੀਮਾ ਦਿੰਦਾ ਫਿਰ ਮੰਜੀਆਂ ਦਾ ਨਾ ਮਾਣ ਲੈ ਕੇ ਇਹਨੂੰ ਉਣਾ ਲਵਾਂਗੇ ਅਤੇ ਦੂਸਰੀ ਨਵੀਂ ਔਰ ਕੋਈ ਮਹਿਮਾਨ ਵੀ ਆ ਸਕਦਾ ਕਿਉਂਕਿ ਤਿੰਨਾਂ ਮੰਜੀਆਂ 'ਤੇ ਨਾ ਅਸੀਂ 6 ਜਣੇ ਪੂਰੇ ਆਉਂਦੇ ਹਾਂ ਚਾਰ ਬੱਚੇ ਔਰ ਦੋ ਅਸੀਂ
ਅਤੇ ਨਾ ਅੱਲਾ ਪਾਕ ਨੂੰ ਜੈਸ ਸੀਮਾ ਦਿੱਤੀ ਅਤੇ ਫਿਰ ਲੈ ਲਵਾਂਗੇ। ਔਰ ਸਭ ਤੋਂ ਪਰੇਸ਼ਾਨੀ ਸਾਨੂੰ ਇਸ ਦੀਵਾਰ ਦੀ ਬਣ ਗਈ ਹੁਣ, ਅੱਲਾ ਪਾਕ ਰਹਿਮਤ ਕਰੇ ਸਾਡੇ 'ਤੇ। ਠੀਕ ਹੈ ਨਾ, ਮਾਸ਼ਾਅੱਲਾ ਜਿਹੜੀ ਚਾਹ ਹੈਗੀ ਨਾ ਉਹ ਵੀ ਬਿਲਕੁਲ ਤਿਆਰ ਹੋ ਗਈ, ਬਣ ਗਈ ਚਾਹ। ਔਰ ਆਟਾ ਜਿਹੜਾ ਹੈਗਾ ਨਾ ਉਹ ਵੀ ਮੈਂ ਗੁੰਨ ਲਿਆ ਔਰ ਚਾਹ ਵੀ ਬਣਾ ਲਈ ਇਨਸ਼ਾਅੱਲਾ। ਅਤੇ ਨਾ ਬੱਚਿਆਂ ਨੇ ਸਕੂਲ ਵੀ ਜਾਣਾ ਔਰ ਕੱਲ੍ਹ ਉਹਨਾਂ ਦੀਆਂ ਨਾ ਵਰਦੀਆਂ ਜਿਹੜੀਆਂ ਹੈਗੀਆਂ ਸੀ ਨਾ ਉਹ ਵੀ ਦੋ ਦਿੱਤੀਆਂ ਸੀ, ਅਤੇ ਨਾ ਅੱਜ ਕਿਉਂਕਿ ਨਾ ਬੱਚੇ ਸਕੂਲ ਵੀ ਜਾਣਗੇ ਅਤੇ ਮਾਸ਼ਾਅੱਲਾ ਆਟਾ ਜਿਹੜਾ ਹੈਗਾ ਨਾ ਉਹ ਵੀ ਮੈਂ ਗੁੰਨ ਲਿਆ ਔਰ ਚਾਹ ਜਿਹੜੀ ਹੈਗੀ ਨਾ ਉਹ ਵੀ ਬਣ ਗਈ। ਔਰ ਅੱਗ ਜਿਹੜੀ ਹੈਗੀ ਨਾ ਮੈਂ ਉਹ ਵੀ ਬਾਲ ਗਈ ਹਾਂ, ਕਿਉਂਕਿ ਨਾ ਰਾਤ ਦਾ ਨਾ ਦੁੱਧ ਹੈਗਾ ਸੀ ਅਤੇ ਨਾ ਉਹ ਅਸੀਂ ਰੱਖ ਦਿੱਤਾ ਸੀ, ਵੀ ਨਾ ਸੁਬਹ ਨਹਾਉਣ ਦੀ ਚਾਹ ਬਣ ਗਈ। ਔਰ ਬੱਕਰੀ ਦਾ ਜਿਹੜਾ ਦੁੱਧ ਹੈਗਾ ਨਾ ਉਹ ਚੋ ਕੇ ਰੱਖ ਦਿਆਂਗੇ ਔਰ ਉਹਦੀ ਅਸੀਂ ਨਾ ਦੁਪਹਿਰ ਨੂੰ ਚਾਹ ਬਣਾ ਲਵਾਂਗੇ। ਅਤੇ ਫਿਰ ਨਾ ਬੱਕਰੀਆਂ ਦਾ ਨਾ ਚਾਰਾ ਵੀ ਲੈਣ ਜਾਣਾ, ਉਹ ਵੀ ਖਤਮ ਹੋਇਆ ਪਿਆ। ਅਤੇ ਪਹਿਲੇ ਬੱਚਿਆਂ ਨੂੰ ਨਾਸ਼ਤਾ ਕਰਵਾ ਕੇ ਸਕੂਲ ਭੇਜਾਂਗੇ, ਉਸ ਤੋਂ ਬਾਅਦ ਹੋਰ ਕੰਮ ਕਰਾਂਗੇ। ਔਰ ਜਿਹੜੇ ਬਿਸਤਰੇ ਵਗੈਰਾ ਹੈਗੇ ਨੇ ਨਾ ਉਹ ਵੀ ਮੈਂ ਸਮੇਟ ਕੇ ਅਤੇ ਅੰਦਰ ਰੱਖ ਦਿੱਤੇ ਨੇ, ਅਤੇ ਮੈਂ ਚਾਰ ਪਾਈਆਂ ਜਿਹੜੀਆਂ ਹੈਗੀਆਂ ਨਾ ਉਹ ਵੀ ਮੈਂ ਚੁੱਕ ਲਈਆਂ। ਜਿੱਥੇ ਨਾ ਨਾਸ਼ਤਾ ਜਿਹੜਾ ਹੈਗਾ ਨਾ ਉਹ ਮੈਂ ਬਣਾ ਰਹੀ ਹਾਂ ਔਰ ਚਾਹ ਜਿਹੜੀ ਹੈਗੀ ਉਹ ਬਣ ਗਈ। ਔਰ ਪਰਾਂਠੇ ਜਿਹੜੇ ਹੈਗੇ ਨਾ ਸਾਡਾ ਘੀ ਖਤਮ ਹੋਇਆ, ਅਤੇ ਨਾ ਗੁਆਂਢੀਆਂ ਕੋਲ ਅਸੀਂ ਕੱਪ ਘੀ ਦਾ ਲਏ, ਮਤਲਬ ਭਰਨਾ ਗੁਜ਼ਾਰਾ ਹੋ ਜਾਏਗਾ। ਫਿਰ ਜਿਹੜਾ ਹੈਗਾ ਨਾ ਅਸੀਂ ਆਪਣਾ ਰਾਸ਼ਨ ਜਿਹੜਾ ਹੈਗਾ ਸੌਦਾ ਘੀ ਲੈ ਲਵਾਂਗੇ। ਔਰ ਨਾਸ਼ਤਾ ਜਿਹੜਾ ਹੈਗਾ ਨਾ ਬੱਚਿਆਂ ਨੂੰ ਬਣਾ ਕੇ ਦੇ ਰਹੀ ਹਾਂ, ਉਹ ਹਜੇ ਨਾ ਸਪਾਰਾ ਭੜਨ ਗਿਆ ਨਹੀਂ, ਹਜੇ ਨਾ ਸਨੈਨ ਸਨੈਨ ਨਹੀਂ ਆਏ ਬੱਚੇ ਸਪਾਰਾ ਭੜ ਕੇ, ਅਤੇ ਕਿਉਂਕਿ ਉਹਨਾਂ ਨੇ ਨਾ ਸਕੂਲ ਵੀ ਜਾਣਾ ਤਾਂ ਹੀ ਨਾਸ਼ਤਾ ਜਿਹੜਾ ਹੈਗਾ ਨਾ ਜਲਦੀ ਬਣਾਇਆ। ਔਰ ਕੱਲ੍ਹ ਤਾਂ ਨਾ ਉਹਨਾਂ ਦੀ ਛੁੱਟੀ ਹੈਗੀ ਸੀ ਬੱਚਿਆਂ ਨੂੰ, ਤਾਂ ਵਾਸਤੇ ਅਸੀਂ ਨਾ ਲੇਟ ਬਣਾਇਆ ਸੀ ਨਾਸ਼ਤਾ। ਅਤੇ ਅੱਜ ਉਹਨਾਂ ਨੇ ਸਨੈਨ ਸਨੈਨ ਜਿਹੜੇ ਹੈਗੇ ਨਾ ਸਪਾਰਾ ਭੜ ਕੇ ਮਸ਼ਲਾ ਆ ਗਏ ਨੇ, ਅਤੇ ਨਾਸ਼ਤਾ ਜਿਹੜਾ ਹੈਗਾ ਨਾ ਖਾ ਰਹੇ ਨੇ। ਅਤੇ ਕਿਉਂਕਿ ਨਾ ਇਹ ਕਹਿ ਰਹੇ ਨੇ ਕਿ ਸਾਨੂੰ ਛੁੱਟੀ ਹੈਗੀ, ਮੈਂ ਤਾਂ ਕਿਹਾ ਵੀ ਇਹਨਾਂ ਨੂੰ ਸਕੂਲ ਜਾਣਾ 12 ਰਬੀ ਲੈਵਲ ਦੀ, ਨਾ ਇਹਨਾਂ ਨੂੰ ਕਿਉਂਕਿ ਛੁੱਟੀ ਹੈਗੀ, ਇਹ ਮਿਲਾਦਾਂ ਦਾ ਮਹੀਨਾ ਹੈਗਾ ਨਾ, ਅਤੇ ਤਾਂ ਵਾਸਤੇ ਅੱਜ ਵੀ ਛੁੱਟੀ, ਸੁਬਹਾ ਵੀ ਛੁੱਟੀ ਹੈਗੀ। ਅਤੇ ਨਾਸ਼ਤਾ ਜਿਹੜਾ ਹੈਗਾ ਨਾ ਕਰ ਰਹੇ ਨੇ, ਅਤੇ ਦਹੀਂ ਜਿਹੜੀ ਹੈਗੀ ਨਾ ਉਹ ਵੀ ਅਸੀਂ ਰਾਤ ਨੂੰ ਨਾ ਜਮਾਈ ਸੀ, ਅਤੇ ਬੱਚੇ ਮੈਂ ਕਿਹਾ ਦਹੀਂ ਨਾਲ ਹੀ ਖਾ ਲੈਣਗੇ ਰੋਟੀ, ਅਤੇ ਇਹ ਕੁਛ ਦਹੀਂ ਪਈ ਅਸੀਂ ਨਾ ਦੁਪਹਿਰ ਨੂੰ ਨਾ ਕੁਛ ਨਹੀਂ ਕੁੱਟ ਲਵਾਂਗੇ, ਅਤੇ ਇਹ ਰਿਹਾ ਸੁੱਤ ਨਾਲ ਰੋਟੀ ਜਿਹੜੀ ਹੈਗੀ ਉਹ ਦੇ ਦਿੰਦੇ ਹਾਂ, ਪਰਾਂਠਾ ਨਾ ਚਾਹ ਦੇ ਨਾਲ ਨਾ ਨਾਸ਼ਤਾ ਕਰ ਲੈਣਗੇ। ਔਰ ਚੀਨੀ ਜਿਹੜੀ ਹੈਗੀ ਨਾ ਇਸ ਬਾਲਟੀ 'ਚ ਨਾ ਰੱਖੀ, ਔਰ ਡੱਬੇ ਜਿਹੜੇ ਹੈਗੇ ਨਾ ਉਹ ਸਾਡੇ ਕੋਲ ਨਹੀਂ ਹੈਗੇ ਅਲੱਦਾ ਅਲੱਦਾ, ਔਰ ਇਹ ਦੋ ਬਾਲਟੀਆਂ ਸੀ ਨਾ ਦੁਕਾਨ ਤੋਂ ਲਈਆਂ ਸੀ, ਔਰ ਉਹਨਾਂ ਵਿੱਚ ਹੀ ਨਾ ਅਸੀਂ ਚੀਨੀ ਪੱਤੀ ਵੀ ਰੱਖ ਲੈਂਦੇ ਹਾਂ, ਠੇਕ ਵਿੱਚ ਚੀਨੀ ਪੱਤੀ ਹੈਗੀ, ਠੇਕ ਵਿੱਚ ਅਸੀਂ ਘੀ ਪਾ ਲੈਂਦੇ ਹਾਂ, ਔਰ ਡੱਬੇ ਨਾ ਸਾਡੇ ਕੋਲ ਬਿਲਕੁਲ ਹੀ ਨਹੀਂ ਹੈਗੇ। ਔਰ ਰੋਟੀ ਕੁਛ ਖਾ ਲੈਣਗੇ ਬੱਚੇ, ਔਰ ਜਿਹੜੀ ਦਹੀਂ ਬਚ ਗਈ ਉਹ ਦੁਪਹਿਰ ਨੂੰ ਕੁਛ ਖਾ ਲੈਣਗੇ, ਔਰ ਕੁਛ ਮਿਰਚਾਂ ਅਸੀਂ ਬਣਾ ਲਵਾਂਗੇ, ਅਸੀਂ ਸਾਲਿਆਂ ਨੂੰ ਰਹਿਣ ਦਿਆਂਗੇ। ਨਾਸ਼ਤਾ ਜਿਹੜਾ ਹੈਗਾ ਨਾ ਮੈਂ ਰਿਆਸਤ ਨੂੰ ਦੇ ਦਿੱਤਾ, ਬੱਚਿਆਂ ਜਿਹੜੇ ਹੈਗੇ ਨੇ ਉਹ ਵੀ ਕਰ ਰਹੇ ਨੇ। ਜਿੱਥੇ ਨਾ ਮੈਂ ਨਾਸ਼ਤਾ ਜਿਹੜਾ ਹੈਗਾ ਨਾ ਬੱਚਿਆਂ ਨੂੰ ਕਰਵਾ ਦਿੱਤਾ, ਅਤੇ ਦੁੱਧ ਜਿਹੜਾ ਹੈਗਾ ਨਾ ਬੋਇਲ ਕਰਕੇ ਨਾ ਰੱਖ ਦਿੱਤਾ ਬੱਕਰੀ ਵਾਲਾ ਦੁੱਧ ਨਾ, ਅਤੇ ਰਾਤ ਨੂੰ ਅਸੀਂ ਨਾ ਚਾਹ ਜਿਹੜਾ ਸਾਨੂੰ ਦੁੱਧ ਮਿਲਿਆ ਸੀ ਨਾ ਮਾਸ਼ਾਅੱਲਾ 11ਵੀਂ ਸ਼ਰੀਫ ਤੋਂ, ਉਹਦੀ ਅਸੀਂ ਚਾਹ ਬਣਾ ਲਈ ਸੀ, ਔਰ ਇਹ ਵਾਲਾ ਦੁੱਧ ਜਿਹੜਾ ਹੈਗਾ ਨਾ ਰੱਖਦੇ ਪਏ ਹਾਂ ਕਿ ਦੁਪਹਿਰ ਨੂੰ ਨਾ ਇਹਦੀ ਅਸੀਂ ਚਾਹ ਬਣਾ ਲਵਾਂਗੇ। ਅਤੇ ਨਾਸ਼ਤਾ ਮੈਂ ਕਰਵਾ ਕੇ ਔਰ ਝਾੜੂ ਵੀ ਮੈਂ ਫੇਰ ਲਿਆ, ਸਫਾਈ ਵਗੈਰਾ ਜਿਹੜੀ ਕਰ ਲਈ, ਔਰ ਬੱਕਰੀਆਂ ਵੀ ਮੈਂ ਛਾਂ 'ਤੇ ਬੰਨ ਦਿੱਤੀਆਂ ਨੇ, ਅਤੇ ਮੈਂ ਬੱਕਰੀਆਂ ਵਾਸਤੇ ਚਾਰਾ ਲੈ ਆਵਾਂਗੀ। ਔਰ ਸਨੈਨ ਸਨੈਨ ਨੂੰ ਛੁੱਟੀ ਹੈਗੀ ਔਰ ਸ਼ਾਜ਼ੀਆ ਵੀ ਉਹ ਗਾਰ ਹੀ ਹੈਗੇ ਨੇ, ਅਤੇ ਮੈਂ ਜਿਹੜੇ ਨਾ ਬੱਕਰੀਆਂ ਨੂੰ ਚਾਰਾ ਲਿਆਵਾਂ, ਕਿਉਂਕਿ ਬੱਕਰੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਇਹਨਾਂ ਨੂੰ ਛਾਂ 'ਤੇ ਬੰਨ ਕੇ ਦੇ ਦਿੰਦੀ ਹਾਂ, ਔਰ ਫਿਰ ਗਰਮੀ ਜਿਹੜੀ ਹੈਗੀ ਨਾ ਉਹ ਬਹੁਤ ਜ਼ਿਆਦਾ ਬਣ ਜਾਂਦੀ, ਫਿਰ ਗਰਮੀ ਵਿੱਚ ਨਾ ਗਾਹ ਨਹੀਂ ਪੱਟਿਆ ਜਾਂਦਾ, ਅਤੇ ਮੈਂ ਨਾ ਬੱਕਰੀਆਂ ਬੰਨ ਲਵਾਂ। ਹਾਂਜੀ, ਅਤੇ ਨਾ ਬੱਕਰੀਆਂ ਜਿਹੜੀਆਂ ਹੈਗੀਆਂ ਨਾ ਉਹਨਾਂ ਨੂੰ ਮੈਂ ਛਾਂ 'ਤੇ ਬੰਨ ਦਿੱਤਾ, ਕਿਉਂਕਿ 2-3 ਦਿਨ ਇਹਨਾਂ ਵਿਚਾਰੀਆਂ ਕੋਲ ਛਾਂ ਹੈਗੀ, ਫਿਰ ਸਾਡੀ ਨਾ ਛੱਪਰ ਜਿਹੜਾ ਹੈਗਾ ਨਾ ਇਹ ਡਿੱਗ ਪੈਣਾ, ਅਤੇ ਬੱਕਰੀਆਂ ਸਾਰੀਆਂ ਨੇ ਨਾ ਕੋਈ ਛਾਂ ਨਹੀਂ ਹੈਗੀ ਜਿੱਥੇ ਬੰਨੀਆਂ ਨੇ, ਅਤੇ ਗਰਮੀ ਵਗੈਰਾ ਨਾ ਬਹੁਤ ਜ਼ਿਆਦਾ ਹੁੰਦੀ ਧੁੱਪ, ਅਤੇ ਇੱਥੇ ਮੈਂ ਬੰਨ ਦਿੱਤੀਆਂ ਨੇ, ਅਤੇ ਨਾ ਉਹਨਾਂ ਨੇ ਨਾ ਇਹ ਵਾਲੀ ਦੀਵਾਰ ਜਿਹੜੀ ਹੈਗੀ ਨਾ ਆਪਣੀ ਡੇਗ ਲਈ,
ਸਾਰੀ ਅਤੇ ਨਾ ਬਾਕੀ ਜਿਹੜੀ ਹੈਗੀ ਨਾ ਇਹ ਵਾਲੀ ਰਹਿ ਗਈ। ਅਸੀਂ ਕਿਹਾ ਸੀ ਵੀ ਤੁਸੀਂ ਨਾ ਇੱਕ ਵਾਰੀ ਇਹ ਨਾ ਡੇਗੋ, ਉਹ ਕਹਿ ਰਹੀ ਕਿ ਸਾਨੂੰ ਨਾ ਇੱਟਾਂ ਦੀ ਜ਼ਰੂਰਤ ਹੈਗੀ, ਅਸੀਂ ਨਾ ਅੱਗੇ ਇਹ ਇੱਟਾਂ ਨਾ ਉੱਧਰ ਲਾਉਣੀਆਂ ਨੇ। ਅਤੇ ਅਸੀਂ ਕਿਹਾ ਵੀ ਇੱਕ ਦੋ ਦਿਨ ਨਾ ਤੁਸੀਂ ਹੋਰ ਖਲੋ ਜਾਓ, ਫਿਰ ਅਸੀਂ ਆਪਣਾ ਛੱਪਰ ਜਿਹੜਾ ਹੈਗਾ ਨਾ ਉਹ ਖੁਦ ਹੀ ਡਾਹ ਲਵਾਂਗੇ, ਔਰ ਪਰਸੋਂ ਨਾ ਡਾਹ ਲਵਾਂਗੇ ਛੱਪਰ ਅਸੀਂ ਆਪਣਾ, ਔਰ ਬੱਕਰੀਆਂ ਵਿਚਾਰੀਆਂ ਜਿਹੜੀਆਂ ਹੈਗੀਆਂ ਨਾ ਇਹਨਾਂ ਨੂੰ ਫਿਰ ਛਾਂ ਹੈਗੀ ਨੇ। ਫਿਰ ਮੈਂ ਕਹਿੰਦੀ ਹਾਂ ਧੁੱਪ 'ਤੇ ਨਾ ਬਿਮਾਰ ਨਾ ਹੋ ਜਾਣ, ਕਿਉਂਕਿ ਮੇਰੇ ਕੋਲ ਤਾਂ ਇਹ ਬੱਕਰੀਆਂ ਹੈਗੀਆਂ ਨੇ, ਹੋਰ ਗੁੰਜਾਇਸ਼ ਹੈਗੀ ਨਹੀਂ, ਅਤੇ ਇਹ ਹਿੱਸੇ ਵਾਲੀ ਹੈਗੀ। ਅਤੇ ਅੱਲਾ ਪਾਕ ਨਾ ਸਾਨੂੰ ਕੋਈ ਗੁੰਜਾਇਸ਼ ਦੇਵੇ ਤਾਂ ਅਸੀਂ ਇਹਨਾਂ ਦਾ ਨਾ ਛੱਪਰ ਵਗੈਰਾ ਬਣਾ ਲਈਏ ਕੋਈ, ਔਰ ਸਰਦੀਆਂ ਵਾਸਤੇ ਨਾ ਬਹੁਤ ਮੁਸ਼ਕਲ ਬਣਨੀ, ਔਰ ਅੱਗੇ ਤਾਂ ਅਸੀਂ ਨਾ ਸਰਦੀਆਂ ਵਿੱਚ ਵੀ ਨਾ ਇਸ ਜਗ੍ਹਾ 'ਤੇ ਅੱਗ ਬਾਲ ਲੈਂਦੇ ਸੀ, ਇਹ ਜਿਹੜੀ ਦੀਵਾਰ ਵੀ ਕਾਲੀ ਹੋ ਗਈ, ਇੱਥੇ ਮਸਲਣ ਅਸੀਂ ਅੱਗ ਬਾਲ ਲੈਂਦੇ ਸੀ ਔਰ ਅੱਛਾ ਖਾਸਾ ਬੱਚਿਆਂ ਦਾ ਨਾ ਗੁਜ਼ਾਰਾ ਹੋ ਜਾਂਦਾ ਸੀ, ਅਸੀਂ ਰੋਟੀਆਂ ਇੱਥੇ ਬਣਾ ਲੈਂਦੇ ਸੀ। ਅਤੇ ਹੁਣ ਇਸ ਗੱਲ ਦੀ ਪਰੇਸ਼ਾਨੀ ਹੈਗੀ ਇਹ ਸਰਦੀਆਂ ਵਾਸਤੇ ਵੀ ਸਾਡੇ ਕੋਲ ਕੋਈ ਜਗ੍ਹਾ ਨਹੀਂ ਹੈਗੀ ਅੱਗ ਬਾਲਣ ਦੀ ਵੀ, ਔਰ ਬੱਕਰੀਆਂ ਦੀ ਵੀ ਬਹੁਤ ਜ਼ਿਆਦਾ ਨਾ ਸਾਨੂੰ ਪਰੇਸ਼ਾਨੀ ਹੈਗੀ ਕਿ ਅਸੀਂ ਕਿੱਥੇ ਅੱਗ ਬਾਲਾਂਗੇ ਔਰ ਕੀ ਕਰਾਂਗੇ ਅਸੀਂ। ਅੱਲਾ ਪਾਕ ਸਾਨੂੰ ਹਿੰਮਤ ਗੁੰਜਾਇਸ਼ ਦੇਵੇਗਾ ਅਤੇ ਅਸੀਂ ਫਿਰ ਨਾ ਆਪਣੀ ਬਣਾ ਲਵਾਂਗੇ। ਹਾਂਜੀ, ਅਤੇ ਨਾ ਜਿਹੜਾ ਬਾਹਰ ਦਾ ਮਾਹੌਲ ਹੈਗਾ ਨਾ ਭੈਣਾਂ ਭਾਈਆਂ ਨੂੰ ਉਹ ਹੀ ਵਿਖਾ ਦਿੰਦੇ ਹਾਂ ਕਿ ਨਾ ਇਸ ਤਰ੍ਹਾਂ ਹੈਗਾ। ਅਤੇ ਨਾ ਇਹ ਲਾਣਾ ਜਿਹੜਾ ਹੈਗਾ ਨਾ ਇਹ ਵੀ ਸਾਡਾ ਹਮਸਾਇਆ ਹੈਗਾ, ਔਰ ਇਹਨਾਂ ਦਾ ਇੰਨਾ ਵਾਸ਼ਰੂਮ ਜਿਹੜਾ ਇਹਨਾਂ ਕੋਲ ਨਹੀਂ ਹੈਗਾ ਸੀ, ਅਤੇ ਇਹ ਵੀ ਨਾ ਆਪਣਾ ਬਣਵਾ ਰਹੇ ਨੇ, ਇਹਨਾਂ ਨੂੰ ਇੰਨਾ ਹੇਕ ਬਾਜੀ ਹੈਗੀ ਅਤੇ ਉਹ ਬਣਵਾ ਕੇ ਦੇ ਰਹੀ ਹੈ। ਅੱਲਾ ਪਾਕ ਇਹਨਾਂ ਦੇ ਨਾ ਕਾਰੋਬਾਰ ਚ ਬਰਕਤ ਹੋ ਰਿਹਾ ਮਤਾ। ਹਾਂਜੀ, ਅਤੇ ਨਾ ਇਹ ਸਾਹਮਣੇ ਕਿਉਂਕਿ ਜਿਹੜੀਆਂ ਫਸਲਾਂ ਹੈਗੀਆਂ ਨਾ ਮਾਸ਼ਾਅੱਲਾ ਬਹੁਤ ਪਿਆਰੀਆਂ ਲੱਗਦੀਆਂ ਨੇ, ਅਤੇ ਇਹ ਸਾਡੇ ਕੋਲ ਨਾ ਇੰਨਾ ਛੋਟਾ ਜਿਹਾ ਗਾਓਂ ਹੈਗਾ ਪਿੰਡ, ਅਤੇ ਛੋਟੇ ਜਿਹੇ ਥੋੜ੍ਹੇ ਜਿਹੇ ਬਸ ਨਾ ਘਰ ਹੈਗੇ ਨੇ, ਇੰਨੇ ਜ਼ਿਆਦਾ ਨਹੀਂ ਹੈਗੇ। ਅਤੇ ਨਾ ਫਸਲਾਂ ਵਗੈਰਾ ਹੈਗੀਆਂ ਨੇ ਬਸ। ਹਾਂਜੀ, ਅਤੇ ਨਾ ਪਹਿਲੇ ਕਿਉਂਕਿ ਬੱਚੇ ਕਹਿ ਰਹੇ ਸੀ ਕਿ ਛੁੱਟੀ ਹੈਗੀ, ਅਤੇ ਨਾ ਹੁਣ ਉਹ ਕਹਿ ਰਹੇ ਨੇ ਕਿ ਸਕੂਲ ਜਿਹੜਾ ਹੈਗਾ ਨਾ ਖੁੱਲ੍ਹਾ ਹੈਗਾ, ਅਤੇ ਬੱਚੇ ਜਾ ਰਹੇ ਨੇ ਤਾਂ ਵਾਸਤੇ ਨਾ ਵਰਦੀਆਂ 'ਤੇ ਕਹਿ ਰਹੇ ਨੇ ਵੀ ਲੇਟ ਹੋ ਜਾਵਾਂਗੇ, ਅਤੇ ਇਵੇਂ ਨਾ ਕੱਪੜਿਆਂ ਸਣੇ ਜਾ ਰਹੇ ਨੇ ਬਸ, ਅਤੇ ਜਿਹੜਾ ਹੈਗਾ ਨਾ ਉਹ ਜਾਣ ਦੇ ਦਿੱਤੇ ਨੇ ਬੈਗ, ਔਰ ਰੋਟੀ ਜਿਹੜੀ ਹੈਗੀ ਨਾ ਜਿਹੜਾ ਸਮਨੈਨ ਹੈਗਾ ਉਹ ਨਾਲ ਲੈ ਕੇ ਜਾ ਰਿਹਾ, ਅਤੇ ਸਮਨੈਨ ਕਹਿ ਰਿਹਾ ਕਿ ਮੈਂ ਨਹੀਂ ਲੈ ਕੇ ਜਾਣੀ, ਔਰ ਚੀਨੀ ਜਿਹੜੀ ਹੈਗੀ ਨਾ ਉਹ ਵੀ ਮੈਂ ਪਾ ਦਿੱਤੀ, ਅਤੇ ਅੱਧਾ ਪਰਾਂਠਾ ਜਿਹੜਾ ਹੈਗਾ ਨਾ ਉਹ ਵੀ ਮੈਂ ਪਾ ਦਿੱਤਾ, ਅਤੇ ਅਚਾਰ ਅੱਗੇ ਤਾਂ ਲੈ ਜਾਂਦਾ ਸੀ, ਹੁਣ ਕਹਿ ਰਹੇ ਅਚਾਰ ਮੈਂ ਨਹੀਂ ਲੈ ਜਾਣਾ, ਅਤੇ ਮੈਨਾਂ ਚੀਨੀ ਔਰ ਰੋਟੀ ਦੇ ਦਿਓ। ਅਤੇ ਨਾ ਮੈਂ ਚੀਨੀ ਅਤੇ ਪਰਾਂਠਾ ਇਹਨੂੰ ਮੈਂ ਦੇ ਦਿੱਤਾ, ਅਤੇ ਖਾ ਲੈਣਗੇ ਉੱਥੇ। ਅਤੇ ਜਲਦੀ ਜਾਣਾ ਕਿਉਂਕਿ ਤੁਸੀਂ ਨਾ ਲੇਟ ਬਹੁਤ ਹੋ ਗਏ ਹੋ, ਮੈਨੂੰ ਪਤਾ ਨਹੀਂ ਸੀ, ਇਹ ਕਹਿ ਰਹੇ ਸੀ ਕਿ ਛੁੱਟੀ ਹੈਗੀ, ਤਾਂ ਵਾਸਤੇ ਇਹ ਨਾ ਬਸਤੀ ਵਿੱਚ ਪਾ ਲਿਆ ਆਪਣੀ ਰੋਟੀ, ਠੀਕ ਹੈ ਨਾ, ਇੰਝ ਪਿੱਛੋਂ ਮੈਂ ਪਾਵਾਂ। ਹਾਂਜੀ, ਅਤੇ ਨਾ ਜਲਦੀ ਜਲਦੀ ਚਲੇ ਜਾਣਾ ਕਿਉਂਕਿ ਤੁਸੀਂ ਇੰਨਾ ਲੇਟ ਬਹੁਤ ਹੀ ਜ਼ਿਆਦਾ ਹੋ ਗਏ ਹੋ, ਠੀਕ ਹੈ ਨਾ। ਹਾਂਜੀ, ਜੇਬ ਮੈਂ ਤੇਰੀ ਬੰਦ ਕਰ ਦਿੱਤੀ, ਬਾਏ, ਕਿਉਂਕਿ ਵਰਦੀਆਂ ਪਵਾਉਣਾ ਫਿਰ ਲੇਟ ਬਹੁਤ ਜ਼ਿਆਦਾ ਹੋ ਜਾਣੇ, ਕਿਉਂਕਿ ਪਹਿਲੇ ਇੰਨਾ ਲੇਟ ਜਿਹੜਾ ਹੈਗਾ ਨਾ ਉਹ ਮੈਂ ਪੜ੍ਹ ਕੇ ਨਾ ਆ ਗਈ ਸੀ, ਔਰ ਬੱਚੇ ਵੀ ਸਕੂਲੋਂ ਆ ਗਏ ਨੇ ਅੱਜ, ਕਿਉਂਕਿ ਨਾ ਜਲਦੀ ਛੁੱਟੀ ਹੋ ਗਈ ਸੀ, ਅਤੇ ਸੁਬਹਾ ਬੱਚਿਆਂ ਨੂੰ ਨਾ ਛੁੱਟੀ ਹੈਗੀ ਸਕੂਲੋਂ, ਪਹਿਲੇ ਮੈਂ ਨਾ ਅੱਜ ਹੀ ਸੁਬਹਾ ਨਾਲ ਸਮਝ ਸੀ ਕਿ ਛੁੱਟੀ ਹੈਗੀ, ਫਿਰ ਬੱਚੇ ਸਕੂਲ ਜਾ ਰਹੇ ਸੀ ਅਤੇ ਮੈਂ ਵੀ ਬੱਚਿਆਂ ਨੂੰ ਨਾ ਵੇਚ ਦਿੱਤਾ ਸੀ, ਫਿਰ ਮੈਂ ਨਾ ਬੱਕਰੀਆਂ ਵਾਸਤੇ ਨਾ ਗਾਹ ਲੈਣ ਚਲੀ ਗਈ। ਅਤੇ ਨਾ ਜਿਹੜਾ ਰੋਟੀ ਸਾਲਣ ਹੈਗਾ ਨਾ ਦੁਪਹਿਰ ਦਾ, ਸਾਡੇ ਨਾ ਕੁਛ ਜਿਹੜੀ ਦਹੀਂ ਹੈਗੀ ਸੀ ਨਾ ਅਸੀਂ ਉਹਦੀ ਲੱਸੀ ਬਣਾ ਲਈ ਸੀ, ਅਤੇ ਕੁਛ ਹੈ ਨਾ ਦਹੀਂ ਵਾਲੇ ਪਈ ਹੈ ਮਾਸ਼ਾਅੱਲਾ, ਔਰ ਇਸ ਦਹੀਂ ਦੀਆਂ ਨਾ ਜਿਹੜੀਆਂ ਮਿਰਚਾਂ ਹੈਗੀਆਂ ਉਹ ਅਸੀਂ ਕੁੱਟ ਲਵਾਂਗੇ, ਕਿਉਂਕਿ ਸਬਜ਼ੀ ਸਾਡੇ ਕੋਲ ਨਹੀਂ ਹੈਗੀ, ਔਰ ਰੋਟੀਆਂ ਜਿਹੜੀਆਂ ਹੈਗੀਆਂ ਨਾ ਉਹ ਵੀ ਸਾਡੀਆਂ ਸੁਬਹਾ ਦੀਆਂ ਪਈਆਂ ਨੇ, ਅਤੇ ਰੋਟੀ ਸਾਲਣ ਜਿਹੜਾ ਹੈਗਾ ਨਾ ਅਸੀਂ ਦਹੀਂ ਅਤੇ ਚਟਨੀ ਨਾਲ ਬਣਾ ਲਵਾਂਗੇ, ਅਤੇ ਰੋਟੀਆਂ ਸੁਬਹਾ ਦੀਆਂ ਪਈਆਂ ਨੇ। ਹਾਂਜੀ, ਅਤੇ ਨਾ ਜਿਹੜੀ ਮਿਰਚਾਂ ਹੈਗੀਆਂ ਨਾ ਇਵੇਂ ਕੁੱਟਣ ਲੱਗੀਆਂ, ਨਾਲ ਨਾਲ ਲਸਣ ਜਿਹੜਾ ਹੈਗਾ ਨਾ ਉਹ ਵੀ ਹੈਗਾ ਮਿਰਚਾਂ, ਅਤੇ ਲਸਣ ਕੁੱਟ ਲਵਾਂਗੇ, ਔਰ ਰੋਟੀਆਂ ਜਿਹੜੀਆਂ ਹੈਗੀਆਂ ਨੇ ਸਾਡੀਆਂ ਨਾ ਸੁਬਹਾ ਵਾਲੀਆਂ ਪਈਆਂ ਨੇ, ਇਹ ਬੱਚੇ ਖਾ ਲੈਣਗੇ। ਹਾਂਜੀ,
ਕਿਉਂਕਿ ਰਿਆਸਤ ਜਿਹੜਾ ਹੈਗਾ ਨਾ ਹਜੇ ਕੰਮ 'ਤੇ ਨਹੀਂ ਜਾ ਰਿਹਾ, ਤਾਂ ਵਾਸਤੇ ਨਾ ਸਾਲਨ ਜਿਹੜਾ ਹੈਗਾ ਨਾ ਉਹ ਅਸੀਂ ਰੋਜ਼ ਨਹੀਂ ਨਾ ਬਣਾ ਸਕਦੇ। ਕੱਲ੍ਹ ਅੰਡਾ ਅਸੀਂ ਦੁਪਹਿਰ ਨੂੰ ਬਣਾਇਆ ਸੀ, ਉਹਦੀ ਲੱਤ ਅੱਲਾ ਕਰਕੇ ਜਲਦੀ ਠੀਕ ਹੋ ਜਾਏ, ਫਿਰ ਉਹ ਕੰਮ 'ਤੇ ਜਾ ਸੀ ਅਤੇ ਫਿਰ ਅਸੀਂ ਜਿਹੜਾ ਹੈਗਾ ਨਾ ਦੁਪਹਿਰ ਨੂੰ ਰੋਜ਼ ਦੀ ਸਾਲਨ ਬਣਾ ਲਿਆ ਕਰਾਂਗੇ। ਅਤੇ ਕਿਉਂਕਿ ਹਜੇ ਉਹ ਕੰਮ 'ਤੇ ਨਾ ਬਿਲਕੁਲ ਹੀ ਨਹੀਂ ਜਾ ਰਿਹਾ, ਉਹਦੀ ਲੱਤ ਨਾ ਠੀਕ ਨਹੀਂ ਹੋ ਰਹੀ ਹੈ। ਅੱਲਾ ਪਾਕ ਉਹਦੀ ਲੱਤ ਕਰੇ, ਤੁਸੀਂ ਵੀ ਸਾਹਿਬ ਇਹਨਾਂ ਬਾਈ ਦੁਆ ਕਰਨਾ ਸਾਡੇ ਬਾਰੇ ਵਿੱਚ, ਗਰੀਬਾਂ ਦੇ ਵਿੱਚ, ਕਿਉਂਕਿ ਉਹਦੀ ਲੱਤ ਜਿਹੜੀ ਹੈਗੀ ਨਾ ਜਲਦੀ ਠੀਕ ਹੋਵੇ, ਕਿਉਂਕਿ ਵੇਖੀ ਹੈਗਾ ਸਾਡਾ ਕਮਾਉਣ ਵਾਲਾ, ਕਿਉਂਕਿ ਬੱਚਿਆਂ ਵਾਸਤੇ ਉਹ ਰੋਜ਼ ਹੀ ਕਮਾ ਕੇ ਲੈ ਆਵੇ। ਔਰ ਬਹੁਤ ਜ਼ਿਆਦਾ ਪਰੇਸ਼ਾਨੀ ਹੈਗੀ ਸਾਨੂੰ ਕਿ ਬੱਚੇ ਵੀ ਛੋਟੇ ਛੋਟੇ ਹੈਗੇ ਨੇ, ਔਰ ਘਰ ਵਿੱਚ ਪਰੇਸ਼ਾਨੀ ਇੱਕ ਅੱਲਾ ਨੂੰ ਸਾਡੇ 'ਤੇ ਨਾ ਪਤਾ ਨਹੀਂ ਕੀ ਮਸਲਾ ਹੈਗਾ, ਬੱਚੀ ਬਿਮਾਰ ਹੋ ਗਈ ਸੀ ਅਤੇ ਮੈਂ ਵੀ ਬਿਮਾਰ ਹੈਗੀ, ਐਲਰਜੀ ਹੈਗੀ ਮੈਨੂੰ, ਅਤੇ ਬੰਦੇ ਮੇਰੀ ਲੱਤ ਜਗ੍ਹਾ ਖਰਾਬ ਹੋ ਗਈ ਅਤੇ ਮੈਂ ਦੀਵਾਰ ਜਿਹੜੀ ਹੈਗੀ ਨੇ ਇਹਨਾਂ ਨੇ ਤੋੜ ਤੀਕਰ ਦੇਖ ਲਈ, ਇੰਨੀ ਤੀਕਰ ਨਾ ਅਤੇ ਉਹ ਅੱਗੋਂ ਨਾ ਬਸ ਥੋੜ੍ਹੀ ਜਿਹੀ ਖਲੀ ਹੈਗੀ ਅਤੇ ਮੈਂ ਬੱਕਰੀਆਂ ਨੂੰ ਨਾ ਗਾਹ ਜਿਹੜਾ ਹੈਗਾ ਨਾ ਉਹ ਵੀ ਪਾ ਦਿੱਤਾ ਜੀ, ਅਤੇ ਨਾ ਬੱਚਿਆਂ ਜਿਹੜੀ ਰੋਟੀ ਹੈਗੀ ਨਾ ਉਹ ਮੈਂ ਖਵਾ ਦਿੱਤੀ, ਅਤੇ ਨਾ ਬਰਤਨ ਜਿਹੜੇ ਹੈਗੇ ਨਾ ਉਹ ਵੀ ਸਮੇਟ ਤਨ, ਅਤੇ ਜਿਹੜੀ ਮੋਟਰ ਹੈਗੀ ਨਾ ਉਹ ਸਾਡੀ ਅੱਜ ਬਿਲਕੁਲ ਨਹੀਂ ਚੱਲੀ, ਅਸੀਂ ਨਾ ਨਲਕੇ ਉੱਤੇ ਪਾਣੀ ਭਰਿਆ ਕਿਉਂਕਿ ਅੱਜ ਸਾਰਾ ਦਿਨ ਚਲਾ ਚਲਾ ਕੇ ਨਾ ਸਾਡੀ ਨਹੀਂ ਚੱਲੀ ਜਾਂਦੀ ਨਾ, ਸਾਨੂੰ ਬਹੁਤ ਜ਼ਿਆਦਾ ਨਾ ਪਰੇਸ਼ਾਨੀ ਹੈਗੀ ਇਸ ਮੋਟਰ ਦੀ ਨਾ। ਅੱਲਾ ਪਾਕ ਰਹਿਮਤ ਕਰੇ, ਸਾਨੂੰ ਕੋਈ ਗੁੰਜਾਇਸ਼ ਹੋਵੇ ਅਸੀਂ ਇੱਕ ਇੱਕ ਪਲੇਟ ਲੈ ਲਈਏ, ਔਰ ਇਹ ਕਹਿੰਦਾ ਅਸੀਂ ਇੱਕ ਨਾ ਨਲਕਾ ਜਿਹੜਾ ਕਹਿੰਦਾ ਉਹ ਲਵਾ ਲਈਏ। ਉਮੀਦ ਕਰਨੇ ਅੱਜ ਦਾ ਵਲਾਗ ਮੇਰੇ ਬਹਿਣਾ ਭਰਾਵਾਂ ਸਾਡਾ ਜ਼ਰੂਰ ਪਸੰਦ ਦੱਸਣ, ਲਾਈਕ ਸਬਸਕ੍ਰਾਈਬ ਜ਼ਰੂਰ ਕਰਨ ਸਾਡੀ ਵੀਡੀਓ, ਐਂਡ ਤਾਈਂ ਵੇਖੀ ਕਰੋ ਅੱਜ ਦੇ ਵਲਾਗ ਵਿੱਚ ਆਵਾਂਗੇ ਇੱਥੇ ਜ਼ਿਆਦਾ ਸੁਬਹ ਮਿਲਾਂਗੇ ਅੱਛੇ ਵਲੋਗ ਨਾਲ। ਅੱਲਾ ਹਾਫਿਜ਼।